ਸਸਰੀ ਕਾਜੀ ਸਾਰੇ ਵੀਰਾਂ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਤੇ ਜਿਸ ਦਾ ਨਾਮ ਮਾਨਕੁਦ ਅੱਜ ਦੀ ਇਸ ਵੀਡੀਓ ਵਿੱਚ ਖਾਸ ਤਰਸੀਮ ਜਸਟਸ ਸਟਾਈਲ ਨੂੰ ਪੱਗ ਨੂੰ ਕਵਰ ਕੀਤਾ ਹੈ ਇਹ ਪੱਗ ਜਿਹੜੀ ਇਹ ਪੰਜ ਲੜਾਂ ਦੇ ਵਿੱਚ ਬਣੀ ਗਈ ਹੈ ਪੱਗ ਨੂੰ ਬੰਨ੍ਹਦੇ ਸਮੇਂ ਪਿੰਚ ਕਿਹੜੀ ਜਗ੍ਹਾ ਤੇ ਲਗਾਇਆ ਜਾਂਦਾ ਹੈ ਤੇ ਪਿੰਚ ਕਿਸ ਤਰੀਕੇ ਨਾਲ ਲਗਾਇਆ ਜਾਂਦਾ ਹੈ ਇਸ ਟੌਪਿਕ ਨੂੰ ਜੋ ਹੈ ਅੱਜ ਅਸੀਂ ਵੀਡੀਓ ਦੇ ਵਿੱਚ ਕਵਰ ਕੀਤਾ ਹੈ ਹਰੇਕ ਪੱਲੇ ਨੂੰ ਲਗਾਉਣ ਸਮੇਂ ਪਿੰਚ ਅਲੱਗ ਤਰੀਕੇ ਦਾ ਹੈ ਤੇ ਪਿੰਚ ਜਿਹੜਾ ਅਲੱਗ ਜਗ੍ਹਾ ਤੇ ਲੱਗੇਗਾ ਸੋ ਵੀਡੀਓ ਨੂੰ ਸਕਿਪ ਨਾ ਕਰਨਾ ਅਖੀਰ ਤੱਕ ਦੇਖਣਾ ਤਾਂ ਜੋ ਤੁਸੀਂ ਵੀ ਸਮਝ ਸਕੋ ਕਿ ਜਿਹੜਾ ਪਿੰਚ ਕਿਹੜੀ ਜਗ੍ਹਾ ਤੇ ਲਗਾਈ ਹੈ ਤੇ ਕਿਸ ਤਰੀਕੇ ਨਾਲ ਲਗਾਈ ਹੈ ਤਾਂ ਜੋ ਜਿਹੜੀ ਪਾਗੇ ਉਹ ਤਰਸੇਮ ਜਸਤ ਸਟਾਈਲ ਬਣ ਸਕੀਏ ਜਿਹੜੇ ਵੀਰ ਚੈਨਲ ਦੇ ਨਾਲ ਨਾਲ ਵੀ ਜੁੜੇ ਨੇ ਵੀਡੀਓ ਨੂੰ ਪੂਰਾ ਦੇਖਣ ਦੇ ਬਾਅਦ ਸਬਸਕ੍ਰਾਈਬ ਜਰੂਰ ਕਰ ਲੈਣਾ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਦੇਣਾ ਤਾਂ ਜੋ ਨਵੀਆਂ ਵੀਡੀਓਜ਼ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ ਇੰਸਟਾਗ੍ਰam ਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦਿੱਤਾ ਗਿਆ ਹੈ ਉੱਥੇ ਜਾ ਕੇ ਤੁਸੀਂ ਮੈਨੂੰ ਡੀਐਮ ਕਰਕੇ ਆਪਣਾ ਕੋਈ ਵੀ ਸਵਾਲ ਜੋ ਹੈ ਕਰ ਸਕਦੇ ਹੋ ਚਲੋ ਜੀ ਵੀਡੀਓ ਨੂੰ ਸਟਾਰਟ ਕਰਦੇ ਹਾਂ ਸਾਧਦੇ ਹੋ ਕਿ ਪੱਗ ਬੰਨਣ ਲਈ ਅਸੀਂ ਜਿਹੜਾ ਪਹਿਲਾਂ 50 ਨੂੰ ਜਿਹੜੋ ਤਿੰਨ ਉਂਗਲਾਂ ਉੱਚਾ ਬੰਨਿਆ ਮੱਥੇ ਤੋਂ ਪੱਗ ਦੇ ਬੇਸ ਦੀ ਵੀਡੀਓ ਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦਿੱਤਾ ਗਿਆ ਹੈ ਮੱਥਾ ਟਿਕਦੇ ਆ ਪੱਗ ਦੀ ਸ਼ੁਰੂਆਤ ਕਰਾਂਗੇ ਪੱਗ ਦੀ ਪੂਣੀ ਦਾ ਲਿੰਕ ਵੀ ਜੋ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦਿੱਤਾ ਗਿਆ ਹੈ ਉੱਤੇ ਜਾ ਕੇ ਤੁਸੀਂ ਦੇਖ ਸਕਦੇ ਹੋ ਹੁਣ ਦੇਖਣਾ ਜੀ ਪਹਿਲਾਂ ਲੜ ਅਸੀਂ ਕਿਸ ਤਰੀਕੇ ਨਾਲ ਲਗਾਵਾਂਗੇ ਤਾਂ ਜੋ ਬਾਅਦ ਵਿੱਚ ਜਿਹੜੀ ਪਿੰਚ ਲਗਾਉਣ ਲੱਗਾਂ ਕੋਈ ਦਿੱਕਤ ਨਾ ਪੇਸ਼ ਆਵੇ ਸਾਨੂੰ ਇਸ ਤਰੀਕੇ ਦੇ ਨਾਲ ਫਰੰਟ ਸਾਈਡ ਤੋਂ ਖੱਬੀ ਸਾਈਡ ਤੋਂ ਪੱਲਾ ਮੂਹ ਦੇ ਵਿੱਚ ਪਾਉਂਦੇ ਆ ਬੈਕ ਸਾਈਡ ਤੋਂ ਪੱਲਾ ਲੈ ਕੇ ਤਿੰਨ ਉਂਗਲਾਂ ਹੁਣ ਇਹ ਵਾਲੀ ਜਗ੍ਹਾ ਤੋਂ ਸੈਂਟਰ ਬਣਾਵਾਂਗੇ ਜੀ ਨੱਕ ਦੀ ਸੇਤੋਂ ਜਿਹੜੇ ਇਹ ਵਾਲੀ ਜਗ੍ਹਾ ਹੈ ਇੱਥੇ 50 ਦੇ ਨਾਲ ਪੱਗ ਜਿਹੜੀ ਮੇਲ ਖਾਣੀ ਚਾਹੀਦੀ ਹੈ ਸਾਡੀ ਇਸ ਤਰੀਕੇ ਦੇ ਨਾਲ ਬਾਅਦ ਵਿੱਚ ਪੱਲਾ ਰੱਖ ਕੇ ਇਸ ਦੇ ਵਿੱਚ ਜਿਹੜੇ ਵਾਟੇ ਪਾ ਲੈਣੇ ਨੇ ਅਖੀਰ ਤੇ ਬਾਅਦ ਵਿੱਚ ਫਿਰ ਤੋਂ ਸਮਝਾਵਾਂਗੇ ਕਿ ਕਿਹੜੀ ਜਗ੍ਹਾ ਤੋਂ ਜਿਹੜੀ ਮੇਨਟੇਨ ਕਰਨਾ ਹੈ ਪੱਲੇ ਨੂੰ ਕਿਹੜੀ ਜਗ੍ਹਾ ਤੋਂ ਲੈ ਕੇ ਜਾਣਾ ਹੈ ਕਿ ਨੱਕ ਦਾ ਸੈਂਟਰ ਬਣਾਉਣ ਵਾਸਤੇ ਉਹ ਜਿਹੜੇ ਵਾਟੇ ਇਸ ਤਰੀਕੇ ਨਾਲ ਪਿੰਚ ਕਰਕੇ ਪਾਉਣੇ ਨੇ ਅਸੀਂ ਪੱਲੇ ਦੇ ਵਿੱਚ ਜਿਆਦਾ ਵਟ ਕਿਵੇਂ ਪਾਈ ਦੇਣੇ ਉਸ ਦਾ ਲਿੰਕ ਵੀ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦਿੱਤਾ ਹੈ ਉਹ ਜਾ ਕੇ ਵੀ ਤੁਸੀਂ ਦੇਖ ਸਕਦੇ ਹੋ ਪਹਿਲਾਂ ਜਿਹੜੀ ਐ ਇਸ ਵੀਡੀਓ ਨੂੰ ਦੇਖੋ غور ਦੇ ਨਾਲ ਇਸ ਦੇ ਵਿੱਚ ਅਸੀਂ ਦੱਸਿਆ ਕਿ ਪਿੰਚ ਕਿਹੜੀ ਜਗ੍ਹਾ ਤੇ ਲਗਾਉਣਾ ਹੈ ਤੇ ਕਿਸ ਤਰੀਕੇ ਦੇ ਨਾਲ ਲਗਾਉਣਾ ਹੈ ਤਾਂ ਜੋ ਜਿਹੜੀ ਜਸਰ ਸਟਾਈਲ ਪਾ ਕੇ ਪੰਜ ਪੱਲਿਆਂ ਦੇ ਵਿੱਚ ਆਸਾਨੀ ਦੇ ਨਾਲ ਬੱਝ ਸਕੇ ਇਹ ਦੇਖੋ ਜੀ ਇਹ ਵਾਲੀ ਜਗ੍ਹਾ ਤੋਂ ਇਹ ਵਾਲੀ ਜਗ੍ਹਾ ਨੱਕ ਦੀ ਸੇਹ ਤੇ ਜਿਹੜੀ ਜਗ੍ਹਾ ਹੈ ਇਹ ਵਾਲੀ ਜਗ੍ਹਾ ਤੋਂ ਤਿੰਨ ਉਂਗਲਾਂ ਦਾ ਗੈਪ ਛੱਡਦੇ ਹੋਏ ਮੱਥੇ ਤੋਂ ਅੱਧੀ ਅੱਖ ਨੂੰ ਕਵਰ ਕਰਦੇ ਆਂ ਤੇ ਅੱਧੀ ਗੱਲ ਨੂੰ ਕਵਰ ਕਰਦੇ ਆਂ ਪੱਲੇ ਨੂੰ ਘੁਮਾ ਕੇ ਲੈ ਕੇ ਆਉਣਾ ਬੈਕ ਸਾਈਡ ਤੋਂ ਤੇ ਬੈਕ ਸਾਈਡ ਤੇ ਆ ਕੇ ਵੀ ਪਿੰਚ ਲਗਾਉਣਾ ਬਹੁਤ ਜ਼ਰੂਰੀ ਹੁੰਦਾ ਹੈ ਇਹ ਦੇਖੋ ਜੀ ਇਸ ਤਰੀਕੇ ਨਾਲ ਬੈਕ ਸਾਈਡ ਤੇ ਪਿੰਚ ਲਗਾਉਣਾ ਬਹੁਤ ਜ਼ਰੂਰੀ ਹੈ ਇਸ ਦੇ ਨਾਲ ਤੁਹਾਡੀ ਬੈਕ ਸਾਈਡ ਦੀ ਪੂਣੀ ਨਹੀਂ ਖੁੱਲੇਗੀ ਕਦੀ ਵੀ ਤੇ ਸੱਜੀ ਸਾਈਡ ਤੋਂ ਜਿਹੜੀ ਪੂਣੀ ਖੁੱਲ ਜਾਂਦੀ ਹੈ ਉਹਦੀ ਦਿੱਕਤ ਨਹੀਂ ਆਏਗੀ ਇਸ ਤਰੀਕੇ ਨਾਲ ਪੂਣੀ ਨੂੰ ਜਿਹੜਾ ਖੋਲ ਲੈਣਾ ਹੈ ਅੰਦਰ ਵਾਲੀ ਸਾਈਡ ਜਿਹੜੀ ਹੈ ਬਾਹਰ ਵਾਲੀ ਸਾਈਡ ਤੋਂ ਚਾਰ ਉਂਗਲਾਂ ਘੱਟ ਖੁੱਲਣੀ ਹੈ ਜਿਹੜੇ ਵੀਰਾਂ ਨੇ ਉਹ ਵੀਡੀਓ ਨਹੀਂ ਦੇਖੀ ਪੂਣੀ ਦੀ ਵਰਤੋਂ ਕਿਵੇਂ ਕਰਨੀ ਪੱਗ ਬੰਨ੍ਹਦੇ ਸਮੇਂ ਉਹ ਆਈ ਬਟਨ ਦੇ ਵਿੱਚ ਲਿੰਕ ਦਿੱਤਾ ਹੈ ਇੱਥੇ ਕਲਿੱਕ ਕਰਕੇ ਦੇਖ ਲਓ ਇਸ ਤਰੀਕੇ ਦੇ ਨਾਲ ਦੇਖੋ ਉੱਪਰਲੀ ਸਾਈਡ ਭਾਰੀ ਰੱਖਣੀ ਹੈ ਤੇ ਬਾਹਰ ਵਾਲੀ ਸਾਈਡ ਜਿਹੜੀ ਹੈ ਉਹ ਅੰਦਰ ਵਾਲੀ ਸਾਈਡ ਤੋਂ ਜਿਆਦਾ ਖੋਲ ਕੇ ਰੱਖਣੀ ਹੈ ਤੇ ਖੱਬਾ ਥਿਨੀ ਦੂਰ ਰੱਖਣਾ ਜਿਹੜਾ ਬੈਕ ਸਾਈਡ ਤੱਕ ਪੱਲੇ ਨੂੰ ਲੈ ਕੇ ਜਾਵੇ ਹੁਣ ਜਿਹੜਾ ਉੱਪਰਲੀ ਸਾਈਡ ਤੋਂ ਪੱਲੇ ਨੂੰ ਸਿਰ ਦੇ ਸੈਂਟਰ ਚੋਂ ਨਹੀਂ ਲੈ ਕੇ ਆਉਣਾ ਜਿਆਦਾ ਥੋੜਾ ਜਿਹਾ ਸਾਈਡ ਤੋਂ ਲੈ ਕੇ ਆਉਣਾ ਹੈ ਸੈਮੀ ਪਟੇਲਾ ਟੱਚ ਨਹੀਂ ਦੇਣਾ ਪਟੇਲਾ ਟੱਚ ਹੀ ਦੇਣਾ ਹੈ ਪਰ ਜਿਵੇਂ ਛੇ ਪੱਲਿਆਂ ਦੇ ਵਿੱਚ ਅਸੀਂ ਕੁਝ ਕਰਦੇ ਹੁੰਦੇ ਆ ਕਿ ਸੈਂਟਰ ਚੋਂ ਹੀ ਲੈ ਆਉਂਦੇ ਆ ਪੱਗ ਨੂੰ ਇਸ ਵਾਸਤੇ ਇਸ ਪੱਗ ਨੂੰ ਥੋੜਾ ਜਿਹਾ ਸਾਈਡ ਤੋਂ ਲੈ ਕੇ ਆਉਣਾ ਕਿਉਂਕਿ ਪੱਲੇ ਜਿਹੜੇ 5 ਹੋਣੇ ਨੇ ਇਸ ਕਰਕੇ ਜਿਹੜਾ ਪੱਗ ਹੈ ਥੋੜੀ ਸਾਈਡ ਤੋਂ ਲੈ ਕੇ ਆਵਾਂਗੇ ਅਸੀਂ ਹੁਣ ਪੱਲਾ ਦੇਖੋ ਬਾਹਰ ਵਾਲੀ ਸਾਈਡ ਪੂਣੀ ਦੀ ਅਸੀਂ ਪਤਲੀ ਰੱਖੀ ਸੀ ਇਸ ਕਰਕੇ ਪੱਲਾ ਜਿਹੜਾ ਪਤਲਾ ਹੈ ਤੇ ਖੱਬੀ ਸਾਈਡ ਤੇ ਜਦੋਂ ਪਿੰਚ ਲਗਾਵਾਂਗੇ ਉਸ ਦੇ ਬਾਅਦ ਜਿਹੜੇ ਵਾਟੇ ਆਸਾਨੀ ਦੇ ਨਾਲ ਪੈਣਗੇ ਜਿਹੜੇ ਵੀਰਾਂ ਨੂੰ ਵਾਟਾ ਪਾਉਣ ਦੇ ਵਿੱਚ ਵੀ ਦਿੱਕਤ ਆਉਂਦੀ ਹੈ ਉਹ ਵੀ ਗੌਰ ਦੇ ਨਾਲ ਦੇਖ ਲੈਣ ਉਹਨਾਂ ਦੀ ਜਿਹੜੀ ਇਹ ਮੁਸ਼ਕਲ ਹੈ ਦੂਰ ਹੋਏਗੀ ਹੁਣ ਪਿੰਚ ਜਿਹੜਾ ਕਿਵੇਂ ਲਗਾਉਣਾ ਤੇ ਕਿਹੜੀ ਜਗ੍ਹਾ ਤੇ ਲਗਾਉਣਾ ਪਹਿਲਾ ਪਿੰਚ ਗੌਰ ਨਾਲ ਦੇਖੋ ਇਸ ਤਰੀਕੇ ਦੇ ਨਾਲ ਪਿੰਚ ਲੱਗੇਗਾ ਜੀ ਦੇਖੋ ਸੱਜੀ ਅੱਖ ਜਿੱਥੇ ਇਹ ਦੇਖੋ ਕਾਲਾ ਡੇਲਾ ਹੈ ਇਹ ਵਾਲੀ ਜਗ੍ਹਾ ਤੋਂ ਉੱਪਰ ਜਿੱਥੇ ਪੱਲਾ ਹੈ ਉੱਪਰਲਾ ਉਹ ਵਾਲੀ ਪੱਲੇ ਤੋਂ ਇੱਕ ਉਂਗਲ ਦਾ ਗੈਪ ਛੱਡਦੇ ਹਾਂ ਉੱਪਰ ਪਿੰਚ ਲੱਗੇਗਾ ਠੀਕ ਹੈ ਜੀ ਇਹ ਵਾਲੀ ਜਗ੍ਹਾ ਤੇ ਪਿੰਚ ਲੱਗੇਗਾ ਸੱਜੀ ਅੱਖ ਦੇ ਸੈਂਟਰ ਚ ਪਿੰਚ ਲਗਾਵਾਂਗੇ ਅਸੀਂ ਪਿੰਚ ਲਗਾਉਣ ਦਾ ਤਰੀਕਾ ਇਹ ਹੈ ਜੀ ਇਸ ਤਰੀਕੇ ਨਾਲ ਬਸ ਪੱਲੇ ਨੂੰ ਜੋ ਹੈ ਉੱਪਰੋਂ ਚੁੱਕਣਾ ਹੈ ਂਗੂਠੇ ਦੇ ਵਿੱਚਲੀ ਉਂਗਲ ਦੇ ਮਦਦ ਨਾਲ ਬਸ ਪੱਲੇ ਨੂੰ ਉੱਪਰੋਂ ਚੱਕ ਲੈਣਾ ਹੈ ਤੇ ਹੁਣ ਖੱਬੇ ਹੱਥ ਦੀ ਵਰਤੋਂ ਦੇਖੋ ਕਿਵੇਂ ਕਰ ਰਹੇ ਹਾਂ ਅਸੀਂ ਖੱਬੇ ਹੱਥ ਨਾਲ ਜਿੱਥੇ ਤੁਸੀਂ ਪੱਲਾ ਚਾਓ ਉਸ ਸਾਈਡ ਤੇ ਜਾ ਕੇ ਪੱਲਾ ਲਗਾ ਸਕਦੇ ਹੋ ਇਸ ਕਰਕੇ ਜੋ ਪੱਲਾ ਖੱਬੇ ਹੱਥ ਨਾਲ ਦੂਰੋਂ ਫੜੀਦਾ ਹੈ ਅਸੀਂ ਕੋਸ਼ਿਸ਼ ਕਰਨੀ ਹੈ ਕਿ ਜਿਹੜਾ ਪੱਲਾ ਇੱਕ ਇੱਕ ਉਂਗਲ ਦੇ ਗੈ ਕਿਵੇਂ ਜਿਹੜਾ ਪਿੰਚ ਲਗਾਵਾਂਗੇ ਪਹਿਲਾਂ ਇਸ ਤਰੀਕੇ ਨਾਲ ਦੇਖੋ ਸੱਜੀ ਅੱਖ ਦੇ ਉੱਪਰੋਂ ਪੱਲੇ ਨੂੰ ਚੱਕਣਾ ਹੈ ਇੱਕ ਉਂਗਲ ਦੇ ਫਰਕ ਦੇ ਨਾਲ ਉੱਪਰੋਂ ਪੱਲੇ ਨੂੰ ਰੱਖਣਾ ਹੈ ਤੇ ਖੱਬੇ ਹੱਥ ਦੀ ਵਰਤੋਂ ਦੇਖੇ ਕਿਵੇਂ ਕਰ ਰਹੇ ਹਾਂ ਇਸ ਤਰੀਕੇ ਦੇ ਨਾਲ ਖੱਬੇ ਹੱਥ ਦੀ ਵਰਤੋਂ ਕਰਦੇ ਆ ਪੱਲੇ ਨੂੰ ਟਿਕਾ ਲੈਣਾ ਖੱਬੇ ਹੱਥ ਦੀ ਵਰਤੋਂ ਦੇ ਨਾਲ ਟਿਕਾਉਣ ਦੇ ਬਾਅਦ ਹੁਣ ਜਿਹੜੇ ਵਟ ਆ ਟੈਂਪਰੇਰੀ ਵਟ ਜਿਨ੍ਹਾਂ ਨੂੰ ਕਹਿ ਲਿਏ ਜਾਂ ਜਿਹੜੇ ਵਟ ਇਹ ਕਿਉਂਕਿ ਟੈਂਪਰੇਰੀ ਵਟ ਮੈਂ ਇਸ ਕਰਕੇ ਕਿਉਂਕਿ ਪਾਗਲ ਬੰਨਣ ਤੋਂ ਅਖੀਰ ਤੇ ਜਿਹੜੇ ਵਟ ਆ ਉਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਫਰੋਲ ਕੇ ਜਾਂ ਚੰਗੀ ਤਰ੍ਹਾਂ ਉਹਨਾਂ ਨੂੰ ਵਟਾਂ ਨੂੰ ਸੰਗਣਿਆ ਕਰਨ ਹ ਕਈ ਵਾਰ ਜਿਹੜੇ ਮੈਂ ਵਟ ਇਸੇ ਤਰੀਕੇ ਨਾਲ ਪਏ ਰਹਿਣ ਦਿੰਦਾ ਬਾਅਦ ਵਿੱਚ ਛੇੜਦਾ ਨਹੀਂ ਇਹਨਾਂ ਨੂੰ ਹੁਣ ਜਿਹੜੇ ਵਟ ਫਰੋਲਣੇ ਬਹੁਤ ਜ਼ਰੂਰੀ ਨੇ ਤੇ ਵਟ ਫਰੋਲਣੇ ਕਿਉਂ ਜ਼ਰੂਰੀ ਨੇ ਕਿਉਂਕਿ ਜੇ ਤੁਸੀਂ ਟਾਈਟ ਪੱਗ ਬਨੋਗੇ ਉਹਦੇ ਜਿਹੜੇ ਵਟ ਦਿਖਾਈ ਨਹੀਂ ਦੇਣਗੇ ਢਿੱਲੀ ਪੱਗ ਬਨੋਗੇ ਫਰੋਲੋਗੇ ਵਟ ਤਾਂ ਜ਼ਿਆਦਾ ਦਿਖਾਈ ਦੇਣਗੇ ਬੈਕ ਸਾਈਡ ਤੋਂ ਪਿੰਚ ਫਿਰ ਤੋਂ ਲਗਾਇਆ ਇਸ ਤਰੀਕੇ ਦੇ ਨਾਲ ਅండ్ ਬੈਕ ਸਾਈਡ ਦਾ ਪਿੰਚ ਬਹੁਤ ਜ਼ਰੂਰੀ ਹੁੰਦਾ ਹੈ ਕਿਉਂਕਿ ਇਸ ਦੇ ਨਾਲ ਤੁਹਾਡੀ ਪੂਣੀ ਖੁੱਲੇਗੀ ਨਹੀਂ ਸੱਜੀ ਸਾਈਡ ਤੋਂ ਕਦੀ ਵੀ ਹੁਣ ਸੱਜੀ ਸਾਈਡ ਤੋਂ ਫਿਰ ਤੋਂ ਦੇਖੋ ਪੂਣੀ ਕਿਵੇਂ ਆਪਾਂ ਇਸਤੇਮਾਲ ਕਰਾਂਗੇ ਤਾਂ ਜੋ ਸਾਡਾ ਪਿੰਚ ਦੇ ਇਸ ਤਰੀਕੇ ਦੇ ਨਾਲ ਦੇਖੋ ਬਾਹਰ ਵਾਲੀ ਸਾਈਡ ਜਿਹੜੀ ਹੈ ਉਸ ਨੂੰ ਅਸੀਂ 4 ਉਂਗਲਾਂ ਜ਼ਿਆਦਾ ਖੋਲਣਾ ਹੈ ਅੰਦਰ ਵਾਲੀ ਸਾਈਡ ਤੋਂ ਇਹ ਅੰਦਰ ਵਾਲੀ ਸਾਈਡ ਹੈ ਜਿਹੜੀ ਸਿਰ ਦੇ ਨਾਲ ਲੱਗਦੀ ਹੈ ਇਹ ਬਾਹਰ ਵਾਲੀ ਸਾਈਡ 4 ਉਂਗਲਾਂ ਜ਼ਿਆਦਾ ਖੁੱਲੀ ਗਈ ਹੈ ਇਹ ਹੈ ਜੀ ਬਾਹਰ ਵਾਲੀ ਸਾਈਡ ਜਿਹੜੀ ਬਾਹਰੋਂ ਦਿਖਾਈ ਦਿੰਦੀ ਹੈ ਤੇ ਮੋਟਾ ਪਾਸਾ ਜਿਹੜਾ ਅਸੀਂ ਉੱਪਰ ਰੱਖਿਆ ਹੈ ਹੱਥ ਦੇ ਨਾਲ ਫੜ ਕੇ ਰੱਖਿਆ ਕਰੋ ਤਾਂ ਜੋ ਪੂਣੀ ਖੁੱਲੇ ਨਾ ਹੁਣ ਜਿਹੜਾ ਇਹ ਵਾਲਾ ਪੱਲਾ ਹੈ ਬੈਕ ਸਾਈਡ ਤੋਂ ਸੈੱਟ ਕਰਦੇ ਆ ਫਰੰਟ ਸਾਈਡ ਤੱਕ ਲੈ ਕੇ ਆਵਾਂਗੇ ਤੇ ਉੱਪਰਲੀ ਸਾਈਡ ਤੋਂ ਜਿਹੜਾ ਪੱਲਾ ਪਹਿਲਾਂ ਸੈੱਟ ਕਰਾਂਗੇ 2 ਉਂਗਲਾਂ ਦਾ ਫਰਕ ਰੱਖਣਾ ਹੈ ਇਹ ਪੱਲਿਆਂ ਜੇ ਜਸਸ ਸਟਾਈਲ ਪੱਗ ਬਨਣੀ ਹੈ ਤੇ ਦੋ ਉਂਗਲਾਂ ਦਾ ਫਰਕ ਰੱਖਣਾ ਜ਼ਰੂਰੀ ਹੈ ਕਿਉਂਕਿ ਅਸੀਂ ਜਿਹੜੀ ਪਟਿਆਲਾ ਸ਼ਾਹੀ ਪੱਗ ਬਨਣਣੀ ਹੈ ਪਟਾਲੀ ਪੱਗ ਜਿਹੜੀ ਤੇ ਜਿਹੜਾ ਪੱਲਾ ਹੈ ਕੋਸ਼ਿਸ਼ ਕਰਨੀ ਕਿ ਕੰਨ ਦੇ ਉੱਪਰ ਹੀ ਰਵੇ ਦੋ ਪੌਣੀ ਦੋ ਪੱਲੇ ਜਿਹੜੇ ਨੇ ਪਹਿਲੇ ਸੱਜੀ ਸਾਈਡ ਤੋਂ ਉੱਪਰ ਹੀ ਰਹਿਣੇ ਚਾਹੀਦੇ ਨੇ ਸਾਡੀ ਸੱਜੀ ਪਾਸੇ ਤੋਂ ਖਬਾਤ ਫਿਰ ਤੋਂ ਤੁਸੀਂ ਦੇਖਾਇਆ ਕਿ ਜਿਹੜਾ ਬੈਕ ਸਾਈਡ ਤੱਕ ਪੱਲੇ ਨੂੰ ਲੈ ਕੇ ਜਾ ਰਿਹਾ ਇਸ ਦੇ ਨਾਲ ਜਦੋਂ ਅਸੀਂ ਖੱਬੇ ਸਾਈਡ ਤੇ ਜਦੋਂ ਵੱਟ ਪਾਉਣੇ ਨੇ ਤੇ ਆਸਾਨੀ ਆਏਗੀ ਪਿੰਚ ਦੇ ਬਾਅਦ ਦੇਖੋ ਪੱਲਾ ਜਿਹੜਾ ਪੂਰਾ ਪਤਲਾ ਹੈ ਉਂਗਲਾ ਮਾਰ ਕੇ ਵੀ ਦਿਖਾਇਆ ਗਿਆ ਹੈ ਤੁਹਾਨੂੰ ਕਿ ਪੱਲਾ ਪੂਰਾ ਪਤਲਾ ਹੈ ਹੁਣ ਇਹ ਗੋਰ ਨਾਲ ਦੇਖਣਾ ਇਹ ਵਾਲਾ ਪਿੰਚ ਕਿੱਥੇ ਲੱਗੇਗਾ ਇਹ ਦੇਖੋ ਜੀ ਪਹਿਲਾ ਪਿੰਚ ਅਸੀਂ ਲਗਾਇਆ ਸੀ ਅੱਖ ਦੀ ਸੇਤੇ ਹੁਣ ਇਹ ਵਾਲਾ ਪਿੰਚ ਇੱਕ ਉਂਗਲ ਦੇ ਗੈਪ ਤੋਂ ਅੱਗੇ ਲੱਗੇਗਾ ਨੱਕ ਵਾਲੀ ਸਾਈਡ ਨੂੰ ਹੁਣ ਆਈ ਜਾਣਾ ਹੈ ਅਸੀਂ ਪਿੰਚ ਨੂੰ ਲੈ ਕੇ ਪਹਿਲਾ ਪਿੰਚ ਜਿੱਥੇ ਲੱਗਾ ਸੀ ਉਸ ਤੋਂ ਜਿਹੜਾ ਇੱਕ ਉਂਗਲ ਉੱਚਾ ਪਿੰਚ ਲਗਾਵਾਂਗੇ ਅਸੀਂ ਗੌਰ ਨਾਲ ਸਮਝੋ ਪਹਿਲਾ ਪਿੰਚ ਜਿਹੜਾ ਇਸ ਤਰੀਕੇ ਨਾਲ ਲੱਗਾ ਸੀ ਇੱਕ ਉਂਗਲ ਉੱਚਾ ਹੁਣ ਇਸ ਤੋਂ ਵੀ ਜਿਹੜਾ ਇੱਕ ਉਂਗਲ ਉੱਚਾ ਪਿੰਚ ਲਗਾਵਾਂਗੇ ਅਸੀਂ ਤੇ ਅੱਖ ਤੋਂ ਜਿਹੜਾ ਇੱਕ ਉਂਗਲ ਅੱਗੇ ਪਿੰਚ ਲੱਗੇਗਾ ਇਸ ਤਰੀਕੇ ਨਾਲ ਉਹ ਵਾਲੀ ਜਗ੍ਹਾ ਤੋਂ ਸੈਂਟਰ ਬਣਾਉਂਦੇ ਪਿੰਚ ਲਗਾ ਲਿਆ ਦੇਖੋ ਪਿੰਚ ਲਗਾਉਣ ਦੇ ਬਾਅਦ ਖੱਬਿਆ ਦੀਵਾਰ ਤੋਂ ਕਿਵੇਂ ਕਰ ਰਹੇ ਹਾਂ ਅਸੀਂ ਪਿੰਚ ਲਗਾ ਲਿਆ ਪਿੰਚ ਦੇ ਨਾਲ ਪੱਲਾ ਟੇਗ ਗਿਆ ਹੁਣ ਖੱਬਿਆ ਦੀਵਾਰ ਤੋਂ ਜਿੱਥੇ ਤੁਸੀਂ ਪੱਲਾ ਰੱਖਣਾ ਚਾਹੋ ਰੱਖ ਸਕਦੇ ਹੋ ਉੱਚਾ ਰੱਖੋ ਚਾਹੇ ਜਿੱਥੇ ਪਹਿਲਾ ਪੱਲਾ ਹੈ ਉਸੇਂ ਸਾਈਡ ਤੇ ਰੱਖੋ ਅਸੀਂ ਕੋਸ਼ਿਸ਼ ਕਰਨੀ ਕਿ ਜਿਹੜਾ ਇਹ ਵਾਲਾ ਪੱਲਾ ਹੈ ਉਹ ਪਹਿਲੇ ਪੱਲੇ ਤੋਂ 2 ਉਂਗਲਾਂ ਦਾ ਫਰਕ ਤੇ ਰੱਖਣਾ ਹੈ ਹੁਣ ਉੱਪਰਲੀ ਸਾਈਡ ਤੋਂ ਵੀ ਨਾਲ ਦੀ ਨਾਲ ਹੀ ਅੰਦਰ ਨੂੰ ਫੋਲਡ ਕਰ ਲਿਓ ਇਸ ਦੇ ਨਾਲ ਜਿਹੜੀ ਪੂਣੀ ਵੀ ਤੁਹਾਡੀ ਖੁੱਲੇਗੀ ਨਹੀਂ ਉੱਪ ਪੱਲਾ ਪਤਲਾ ਰੱਖਣ ਕਰਕੇ ਪੂਣੀ ਦਾ ਹੁਣ ਦੇਖੋ ਖੱਬੀ ਸਾਈਡ ਤੋਂ ਕੋਈ ਦਿੱਕਤ ਨਹੀਂ ਦਿਖਾਈ ਦੇ ਰਹੀ ਕੋਈ ਪੱਲਾ ਵੱਧ ਨਹੀਂ ਦਿਖਾਈ ਦੇ ਰਿਹਾ ਇਹ ਦੇਖੋ ਜੀ ਜਿੱਥੇ ਪਹਿਲਾ ਪੱਲਾ ਸੀ ਉਸ ਤੋਂ ਜਿਹੜਾ 2 ਉਂਗਲਾਂ ਦੇ ਫਰਕ ਤੇ ਜਿਹੜਾ ਸੀ ਪੱਲਾ ਲਗਾਇਆ ਇਹ ਵਾਲਾ ਇਹ ਯਾਦ ਰੱਖਣਾ ਹੈ ਹੁਣ ਅਗਲੇ ਪੱਲੇ ਜਿਹੜੇ ਉਹਨਾਂ ਵਿੱਚ ਥੋੜਾ ਫਰਕ ਹੈ ਸੋ ਗੌਰ ਦੇ ਨਾਲ ਇਹ ਵਾਲੇ ਪੱਲੇ ਵੀ ਦੇਖਣਾ ਅਗਲੇ ਵੀ ਹੁਣ ਜਿਹੜੇ ਵਾਟ ਆ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਹੱਥਾਂ ਦੇ ਨਾਲ ਫਰੋਲ ਦੇ ਨਾਲ ਲਗਾਇਆ ਕਰੋ ਜਿੰਨਾ ਤੁਸੀਂ ਹੱਥਾਂ ਦੇ ਨਾਲ ਵਟਾਂ ਨੂੰ ਫਰੋਲੀ ਜਾਓਗੇ ਉਹਨੇ ਜਿਹੜੇ ਤੁਹਾਡੇ ਵਾਟੇ ਨਿਖਰਦੇ ਜਾਣਗੇ ਤੇ ਫਰੰਟ ਸਾਈਡ ਤੋਂ ਪੱਗ ਨੂੰ ਜਿਹੜਾ ਜ਼ਰ ਪਾਗ ਨੂੰ ਫਰੰਟ ਸਾਈਡ ਤੋਂ ਦੱਬੀ ਜਾਣਗੇ ਹੱਥ ਦੇ ਨਾਲ ਕੰਟਰੋਲ ਕਰੀ ਜਾਣਗੇ ਉਹਨਾਂ ਜਿਹੜੀ ਪਾਗ ਹੈ ਉਹਨਾਂ ਦੀ ਨਖਰਦੀ ਜਾਏਗੀ ਤੇ ਵਧੀਆ ਬਜਦੀ ਜਾਏਗੀ ਕਈ ਵੀਰ ਕੀ ਕਰਦੇ ਨੇ ਸਾਰੀਆਂ ਚੀਜ਼ਾਂ ਕਰ ਦਿੰਦੇ ਨੇ ਬਸ ਹੱਥ ਦੇ ਨਾਲ ਦੱਬ ਦੇਣੀ ਨੇ ਉਸ ਦੇ ਨਾਲ ਕੀ ਉਹਨਾਂ ਦੀ ਸ਼ੇਪ ਨਹੀਂ ਸਹੀ ਹੁੰਦੀ ਜਦੋਂ ਤੱਕ ਤੁਸੀਂ ਹੱਥ ਦੀ ਵਰਤੋਂ ਨਹੀਂ ਕਰੋਗੇ ਫਰੰਟ ਸਾਈਡ ਤੋਂ ਦੱਬੋਗੇ ਨਹੀਂ ਉਦੋਂ ਤੱਕ ਜਿਹੜੀ ਤੁਹਾਡੀ ਸ਼ੇਪ ਹੈ ਨਹੀਂ ਆਏਗੀ ਜਿਹੜੀ ਤੁਸੀਂ ਚਾਹੁੰਦੇ ਹੋ ਇਸ ਕਰਕੇ ਦੱਬਣਾ ਜ਼ਰੂਰੀ ਹੈ ਵੀਰ ਦੀ ਦੇਖੋ ਬੈਕ ਸਾਈਡ ਤੋਂ ਫਿਰ ਤੋਂ ਜੋ ਹੈ ਇਸ ਤਰੀਕੇ ਦੇ ਨਾਲ ਪਿੰਜ ਲਗਾ ਲੈਣਾ ਇਦੇ ਨਾਲ ਬੈਕ ਸਾਈਡ ਤੋਂ ਜਿਹੜਾ ਪੱਲਾ ਸੱਜੀ ਸਾਈਡ ਤੋਂ ਨਿਕਲ ਕੇ ਆਉਂਦਾ ਉਹ ਵੀ ਸਹੀ ਤਰੀਕੇ ਨਾਲ ਨਿਕਲੇਗਾ ਤੇ ਸਿਰਦਰਦ ਵੀ ਨਹੀਂ ਕਰੇਗਾ। ਕਈ ਵੀਰਾਂ ਦਾ ਸਿਰ ਸੋਨਾ ਹੋ ਜਾਂਦਾ ਹੈ ਉੱਪਰੋਂ। ਇਸੇ ਕਰਕੇ ਹੁੰਦਾ ਕਿ ਬੈਕ ਸਾਈਡ ਤੋਂ ਪਿੰਚ ਨਹੀਂ ਲਗਾਉਂਦੇ। ਹੁਣ ਇਸੇ ਤਰੀਕੇ ਨਾਲ ਦੇਖੋ ਪੂਣੀ ਅਸੀਂ ਖੋਲ ਲਈ ਫਿਰ ਤੋਂ। ਠੀਕ ਹੈ ਜੀ ਬਾਹਰ ਵਾਲੀ ਸਾਈਡ ਜ਼ਿਆਦਾ ਖੋਲੀ ਤੇ ਅੰਦਰ ਵਾਲੀ ਸਾਈਡ ਉਸ ਤੋਂ ਜਿਹੜਾ ਚਾਰ ਉਂਗਲਾਂ ਘੱਟ ਖੋਲਣੀ ਹੈ। ਜਿਹੜੇ ਵੀਰਾਂ ਨੂੰ ਦਿੱਕਤ ਆਉਂਦੀ ਹੈ ਜੇ ਪੂਣੀ ਖੋਲਣ ਦੇ ਵਿੱਚ ਉਹ ਕੋਸ਼ਿਸ਼ ਕਰਨ ਕਿ ਤਿੰਨ ਉਂਗਲਾਂ ਤੋਂ ਸ਼ੁਰੂਆਤ ਕਰ ਸਕਦੇ ਨੇ। ਅਸੀਂ ਚਾਰ ਉਂਗਲਾਂ ਤੋਂ ਜ਼ਿਆਦਾ ਵੀ ਖੋਲ ਲੈਣੇ ਆ ਪੂਣੀ। ਦੇਖੋ ਚਾਰ ਉਂਗਲਾਂ ਖੋਲਣ ਦਾ ਫਾਇਦਾ ਇਹ ਹੁੰਦਾ ਕਿ ਉਸ ਦੇ ਨਾਲ ਜਿਹੜਾ ਹੈ ਇੱਕ ਤਾਂ ਪਿੰਚ ਲਗਾਉਣ ਦੇ ਵਿੱਚ ਆਸਾਨੀ ਹੁੰਦੀ ਹੈ ਤੇ ਦੂਸਰਾ ਇਹ ਕਿ ਖਬੀ ਸਾਈਡ ਤੇ ਪੱਲਾ ਮੋਟਾ ਨਹੀਂ ਜਾਂਦਾ ਤੁਹਾਡਾ ਇਹ ਗੱਲ ਯਾਦ ਰੱਖੋ ਹੁਣ ਫਿਰ ਤੋਂ ਇਸੇ ਤਰੀਕੇ ਦੇ ਨਾਲ ਉੱਪਰਲੀ ਸਾਈਡ ਤੋਂ ਪੱਲਾ ਜੋ ਹੈ ਅਸੀਂ ਸੈੱਟ ਕਰਨਾ ਹੈ ਪਹਿਲਾਂ ਸੱਜੀ ਸਾਈਡ ਤੋਂ ਦੋ ਉਂਗਲਾਂ ਦਾ ਫਰਕ ਰੱਖਦੇ ਹਾਂ ਥੱਲੇ ਨੂੰ ਲਗਾਉਣਾ ਹੈ ਪੱਲਾ ਤੇ ਇਹ ਵਾਲਾ ਪੱਲਾ ਜਿਹੜਾ ਤੁਸੀਂ ਅੱਖ ਤੱਕ ਖੋਲ ਸਕਦੇ ਹੋ ਜਾਂ ਅੱਖ ਤੋਂ ਥੋੜਾ ਉੱਪਰ ਜ਼ਿਆਦਾ ਥੋੜਾ ਜਿਹਾ ਉੱਪਰ ਖੋਲ ਸਕਦੇ ਹੋ ਇਸ ਤਰੀਕੇ ਨਾਲ ਦੇਖੋ ਜੀ ਦੋ ਉਂਗਲਾਂ ਦਾ ਫਰਕ ਰੱਖਦੇ ਹੋ ਇਹ ਵਾਲਾ ਪੱਲਾ ਲੱਗੇਗਾ ਹੁਣ ਦੇਖਣਾ ਜੀ ਇਹ ਵਾਲਾ ਪਿੰਚ ਅਸੀਂ ਕਿਸ ਤਰੀਕੇ ਨਾਲ ਲਗਾਉਣਾ ਹੈ ਤੇ ਪਿੰਚ ਲਗਾਉਣ ਦੇ ਬਾਅਦ ਖੱਬੀ ਸਾਈਡ ਤੇ ਪੱਲਾ ਕਿਵੇਂ ਜਣਾਏ ਵੀ ਗੌਰ ਦੇ ਨਾਲ ਸਮਝ ਲਿਓ ਪਹਿਲਾ ਪਿੰਚ ਲੱਗਾ ਸੀ ਜੀ ਸਾਡਾ ਅੱਖ ਦੀ ਸੇਧ ਤੇ ਅਗਲਾ ਪਿੰਚ ਲੱਗਾ ਸੀ ਉਸ ਤੋਂ ਇੱਕ ਉਂਗਲ ਅੱਗੇ ਇਹ ਵਾਲਾ ਪਿੰਚ ਉਸ ਤੋਂ ਵੀ ਇੱਕ ਉਂਗਲ ਅੱਗੇ ਲਗਾਵਾਂਗੇ ਗੌਰ ਦੇ ਨਾਲ ਸਮਝੋ ਪਹਿਲਾ ਪਿੰਚ ਅੱਖ ਦੀ ਸੇਧ ਤੇ ਸੀ ਉਸ ਤੋਂ ਅਗਲਾ ਪਿੰਚ ਇੱਕ ਉਂਗਲ ਅੱਗੇ ਲੱਗਾ ਸੀ ਇਸ ਤਰੀਕੇ ਦੇ ਨਾਲ ਇੱਕ ਉਂਗਲ ਨੂੰ ਜਿਹੜਾ ਮੈਜ਼ਰ ਕਰ ਸਕਦੇ ਹੋ ਇਹ ਵਾਲੀ ਜਗ੍ਹਾ ਤੇ ਹੁਣ ਪਿੰਚ ਲਗਾਉਣਾ ਹੈ ਤੇ ਜਿੱਥੇ ਪਿਛਲੇ ਪਿੰਚ ਲੱਗੇ ਸੀ ਦੇਖੋ ਪਹਿਲਾ ਪੱਲਾ ਇੱਥੇ ਸੀ ਉਸ ਤੋਂ ਇੱਕ ਉਂਗਲ ਉੱਤੇ ਉਸ ਦੇ ਬਾਅਦ ਇੱਕ ਠੀਕ ਹੈ ਜੀ ਖੱਬਾਤ ਦੇਖੋ ਜਿਹੜਾ ਬੈਕ ਸਾਈਡ ਤੱਕ ਪੱਲੇ ਨੂੰ ਲੈ ਕੇ ਜਾ ਰਿਹਾ ਸੋ ਮੈਂ ਸਮਝਦਾ ਕਿ ਚਾਰ ਜਿਹੜੇ ਪੱਲੇ ਨੇ ਉੱਥੋਂ ਤੱਕ ਤੁਸੀਂ ਸਮਝ ਚੁੱਕੇ ਹੋਵੋਗੇ ਕਿ ਇੱਕ ਇੱਕ ਉਂਗਲ ਦਾ ਗੈਪ ਕਰਦੇ ਹੋ ਅੱਗੇ ਨੂੰ ਲੈ ਕੇ ਉਹਨਾਂ ਤੇ ਇੱਕ ਇੱਕ ਉਂਗਲ ਦਾ ਗੈਪ ਰੱਖਦੇ ਹੋ ਉੱਪਰ ਨੂੰ ਵੀ ਪੱਲੇ ਨੂੰ ਲੈ ਕੇ ਜਾਣਾ ਹੈ ਹੁਣ ਦੇਖੋ ਪਿੰਚ ਲਗਾਉਣ ਦੇ ਬਾਅਦ ਖੱਬੇ ਹੱਥ ਨਾਲ ਦੇਖੋ ਵਰਤੂ ਅਸੀਂ ਕਿਵੇਂ ਕਰ ਰਹੇ ਹਾਂ ਖੱਬੇ ਹੱਥ ਨਾਲ ਦੇਖੋ ਪੱਗ ਕਿਦਾਂ ਕੰਟਰੋਲ ਕਰ ਰਹੇ ਹਾਂ ਚਾਹੇ ਤੁਸੀਂ ਉੱਚਾ ਰੱਖੋ ਪੱਲਾ ਚਾਹੇ ਨੀਵਾਂ ਰੱਖੋ ਜਿੱਥੇ ਤੁਸੀਂ ਰੱਖਣਾ ਚਾਹੋ ਰੱਖ ਸਕਦੇ ਹੋ ਅਸੀਂ ਕੋਸ਼ਿਸ਼ ਕਰਨੀ ਹੈ ਕਿ ਤਿੰਨ ਉਂਗਲਾਂ ਦਾ ਗੈਪ ਜਿਹੜ ਇਸ ਤਰੀਕੇ ਨਾਲ ਕਰਨ ਦੇ ਬਾਅਦ ਨਾਲ ਦੀ ਨਾਲ ਹੀ ਜਿਹੜਾ ਉੱਪਰਲੀ ਸਾਈਡ ਤੋਂ ਜਿਹੜਾ ਪੱਲੇ ਨੂੰ ਫੋਲਡ ਕਰ ਲਿਆ ਕਰੋ ਤਾਂ ਜੋ ਪੂਣੀ ਖੁੱਲੇ ਨਾ ਤੁਹਾਡੀ ਕਿਉਂਕਿ ਖੱਬੀ ਸਾਈਡ ਤੇ ਕੇਵਲ ਹੁੰਦਾ ਕਿ ਉੱਪਰਲੀ ਸਾਈਡ ਤੋਂ ਪੂਣੀ ਖੁੱਲਣ ਦੇ ਕਰਕੇ ਪੱਗ ਪਹਿਲਾਂ ਹੀ ਡੇਗ ਜਾਂਦੀ ਏ ਬੈਕ ਸਾਈਡ ਨੂੰ ਜਾਂ ਸਿਰ ਵਾਲੀ ਸਾਈਡ ਨੂੰ ਜਿਹਨੂੰ ਕਹ ਲਈਏ ਤੇ ਜਿਹੜੀ ਪੱਗ ਦੀ ਸ਼ੇਪ ਪ੍ਰੋਪਰਲੀ ਨਹੀਂ ਹੁੰਦੀ ਇਸ ਕਰਕੇ ਪਿੰਚ ਲਗਾਉਣ ਦੇ ਬਾਅਦ ਨਾਲ ਹੀ ਜਿਹੜਾ ਉੱਪਰਲੀ ਸਾਈਡ ਤੋਂ ਉਂਗਲਾਂ ਦੇ ਨਾਲ ਫੋਲਡ ਕਰ ਲਿਆ ਕਰੋ ਦੇਖੋ ਜੀ ਤਿੰਨ ਉਂਗਲ ਦਾ ਗੈਪ ਰੱਖਿਆ ਫੋਲਡ ਕਰਨ ਦੇ ਨਾਲ ਕੀ ਹੁੰਦਾ ਕਿ ਜਿਹੜੀ ਪੱਗ ਤੁਹਾਡੀ ਸ਼ੇਪ ਦੇ ਵਿੱਚ ਰਹਿੰਦੀ ਏ ਸਹੀ ਸੋ ਮੈਂ ਕਈ ਵੀਡੀਓਜ਼ ਦੇ ਵਿੱਚ ਪਹਿਲਾਂ ਵੀ ਕਿਹਾ ਕਿ ਜਿੰਨਾ ਚਿਰ ਤੁਸੀਂ ਹੱਥ ਨੂੰ ਚਲਾਉਣਾ ਨਹੀਂ ਸਿੱਖੋਗੇ ਪੱਗ ਦੇ ਉੱਪਰ ਉਦੋਂ ਤੱਕ ਜਿਹੜੀ ਪੱਗ ਨੇ ਆਪਣੇ ਆਪ ਵੱਜਣਾ ਨਹੀਂ ਹੈ ਨਾ ਉਸਨੇ ਆਪਣੇ ਆਪ ਸ਼ੇਪ ਤਿਆਰ ਕਰਨੀ ਹੈ ਨਾ ਵਟ ਪੈਣੇ ਨੇ ਸੋ ਇਹ ਕਰਨੀ ਮਿਹਨਤ ਤੁਹਾਨੂੰ ਹੀ ਪੈਣੀ ਹੈ ਸੋ ਘਟੋ ਘਟ ਜਿਹੜੀ 2 ਹਫ਼ਤੇ ਤੱਕ ਪ੍ਰੈਕਟਿਸ ਕਰਿਆ ਕਰੋ ਜਿਹੜੀ ਵੀ ਚੀਜ਼ ਦੀ ਤੁਸੀਂ ਚਾਹੁੰਦੇ ਹੋ ਕਿ ਇਸ ਤਰੀਕੇ ਨਾਲ ਪੱਗ ਬਣੇ ਕਈ ਛੋਟੇ ਵੀਰ ਮੈਨੂੰ 2 ਦਿਨਾਂ ਦੇ ਬਾਅਦ ਜੋ ਮੈਸਜ ਕਰਕੇ ਕਹਿ ਦਿੰਦੇ ਕਿ ਸਾਡੇ ਕੋਲ ਪੱਗ ਨਹੀਂ বাজ ਰਹੀ ਬਾਊ ਜੀ ਤੁਸੀਂ 2 ਹਫ਼ਤੇ ਪ੍ਰੈਕਟਿਸ ਤਾਂ ਕਰੋ ਜਿਹੜੀ ਵੀ ਚੀਜ਼ ਚਾਹੁੰਦੇ ਹੋ ਉਸ ਦੀ ਪ੍ਰੈਕਟਿਸ ਦੀ ਜ਼ਰੂਰਤ ਜ਼ਰੂਰ ਹੁੰਦੀ ਹੈ ਪ੍ਰੈਕਟਿਸ ਕਰੇ ਬਿਨਾ ਨਹੀਂ ਹੁੰਦਾ ਵੀਰ ਜੀ ਕੁਝ ਵੀ ਛੋਟੇ ਵੀਰਾਂ ਨੂੰ ਇਹ ਪ੍ਰੋਬਲਮ ਹੈ ਕਿ ਕਾਲੀ ਦੇ ਵਿੱਚ ਹੁੰਦੇ ਨੇ ਅੱਜ ਵੀਡੀਓ ਪਾਈ ਕੱਲ ਕਹਿੰਦੇ ਸਾਡੇ ਕੋਲ ਵੱਜ ਨਹੀਂ ਰਹੀ ਸੋ ਇਹ ਚੀਜ਼ ਨਾ ਕਰਿਆ ਕਰੋ ਹੁਣ ਦੇਖੋ ਜੀ ਫਿਰ ਤੋਂ ਜਿਹੜਾ ਅਖੀਰਲਾ ਲੜ ਲੱਗੇਗਾ ਇਹ ਸੱਜੀ ਸਾਈਡ ਤੋਂ ਚੌਥਾ ਲੜ ਸੋਰੀ ਹੁਣ ਇਹ ਦੇਖਣਾ ਕਿਵੇਂ ਲੱਗੇਗਾ ਫਿਰ ਤੋਂ ਉਸੇ ਤਰੀਕੇ ਨਾਲ ਚਾਰ ਉਂਗਲਾਂ ਜਿਹੜੀ ਪੂਣੀ ਬਾਹਰ ਵਾਲੀ ਜ਼ਿਆਦਾ ਖੋਲੀਏ ਅਸੀਂ ਤੇ ਉੱਪਰਲੀ ਸਾਈਡ ਤੋਂ ਪਹਿਲਾਂ ਸੈੱਟ ਕਰਦੇ ਹੋ ਫਿਰ ਥਲੜੀ ਸਾਈ ਇਹ ਜਿਹੜੀ ਵੀਡੀਓ ਤੁਸੀਂ ਜਦੋਂ ਪੱਗ ਬਨੋਗੇ ਉਸ ਦੇ ਪੱਗ ਬੰਨਦੇ ਸਮੇਂ ਵੀ ਨਾਲ ਦੀ ਨਾਲ ਵੀ ਚਲਾ ਸਕਦੇ ਹੋ ਜਾਂ ਜਿਹੜੀ ਵੀਡੀਓ ਨੂੰ 2-3 ਵਾਰੀ ਦੇਖੋ ਗੌਰ ਦੇ ਨਾਲ ਤਾਂ ਜੋ ਜਿਹੜੀ ਤੁਹਾਡੀ ਦਿੱਕਤ ਹੈ ਦੂਰ ਹੋਵੇ ਇੱਕ ਵਾਰੀ ਵੀਡੀਓ ਦੇਖਣ ਦੇ ਨਾਲ ਤੁਹਾਡੀ ਦਿੱਕਤ ਦੂਰ ਨਹੀਂ ਹੋਏਗੀ ਕਈ ਵਾਰੀ ਕੀ ਹੁੰਦਾ ਹੈ ਕਿ ਵੀਡੀਓ ਦੇਖਣ ਦੇ ਦਮ ਐ ਲੱਗਦਾ ਕਿ ਚਲੂਗੀ ਸਮਝ ਆ ਗਈ ਇਹ ਦੇਖ ਲੈ ਇਸੇ ਤਰੀਕੇ ਨਾਲ ਬਨਾਂਗੇ ਪਰ ਜਿਹੜੀ ਇਹ ਮਾਈਂਡ ਚੋਂ ਸਕਿਪ ਹੋ ਜਾਂਦੀ ਹੈ ਚੀਜ਼ ਦੇਖੋ ਪਹਿਲਾ ਪਿੰਚ ਇੱਥੇ ਲੱਗਾ ਸੀ ਅਗਲਾ ਪਿੰਚ ਇੱਕ ਉਂਗਲ ਅੱਗੇ ਇਹ ਵਾਲਾ ਪਿੰਚ ਉਸ ਤੋਂ ਵੀ ਇੱਕ ਉਂਗਲ ਅੱਗੇ ਲੱਗੇਗਾ ਨੱਕ ਤੇ ਅੱਖ ਦੇ ਸੈਂਟਰ 'ਚ ਪਿੰਚ ਲਗਾਵਾਂਗੇ ਠੀਕ ਹੈ ਜੀ ਇੱਕ ਉ ਸੋ ਜਿਹੜਾ ਰੂਲ ਐ ਸਿੰਪਲ ਰੂਲ ਐ ਕਿ ਅੱਖ ਦੇ ਸੈਂਟਰ ਤੋਂ ਪਿੰਚ ਚਾਲੂ ਕਰਦੇ ਹਾਂ ਇੱਕ ਇੱਕ ਉਂਗਲ ਦਾ ਫਰਕ ਰੱਖਦੇ ਹਾਂ ਅੱਗੇ ਨੂੰ ਲੈ ਕੇ ਆਉਣੇ ਨੇ ਪਿੰਚ ਜਿਹੜੇ ਫਰੰਟ ਸਾਈਡ ਤੇ ਨੇ ਤੇ ਉੱਪਰਲੀ ਸਾਈਡ ਨੂੰ ਜਿਹੜਾ ਮੱਥੇ ਦੇ ਉੱਪਰ ਜਿਹੜੇ ਪਿੰਚ ਐ ਉਹ ਵੀ ਇੱਕ ਇੱਕ ਉਂਗਲ ਦਾ ਗੈਪ ਰੱਖਦੇ ਹਾਂ ਉੱਚਾ ਪਿੰਚ ਲਗਾਉਣੇ ਨੇ ਬਸ ਇਹੀ ਹੈ ਜਥਰ ਸਟਾਈਲ ਪੱਗ ਮੰਨਣ ਦਾ ਰੂਲ ਸੋ ਮੈਂ ਉਮੀਦ ਕਰਦਾ ਤੁਸੀਂ ਜਰੂਰ ਸਿੱਖੋਗੇ ਜਲਦੀ ਤੋਂ ਜਲਦੀ ਜਿਹੜੇ ਵੀ ਇਹਨਾਂ ਨੂੰ ਦਿੱਕਤ ਹੁੰਦੀ ਹੈ ਉਹ ਵੀਰਾਂ ਦੀ ਦਿੱਕਤ ਜਰੂਰ ਹੋਣੀ ਚਾਹੀਦੀ ਇਹ ਵਾਲੇ ਪੱਲੇ ਦਾ ਗੈਪ ਪਿਛਲੇ ਪੱਲੇ ਤੋਂ ਤਿੰਨ ਉਂਗਲ ਹੋਣਾ ਚਾਹੀਦਾ ਤਾਂ ਹੀ ਜਿਹੜੀ ਪੱ ਇਹ ਤੁਸੀਂ ਘੱਟ ਰੱਖੋਦੇ ਤਾਂ ਜਿਹੜੀ ਸੈਮੀ ਪਟੇਲਾ ਜਿਹੜੀ ਲੁੱਕ ਹੈ ਉਹ ਆਏਗੀ ਪੱਗ ਦੇ ਵਿੱਚ ਸੋ ਪਟੇਲਾ ਸ਼ੇਪ ਦੇਣ ਵਾਸਤੇ ਜਿਹੜਾ ਤਿੰਨ ਉਂਗਲਾਂ ਦੇ ਗਿਆਪ ਰੱਖਣਾ ਜ਼ਰੂਰੀ ਹੈ ਸਾਡੇ ਲਈ ਜਿਹੜਾ ਅਖੀਰਲਾ ਪੱਲਾ ਚਾਹੇ ਤੁਸੀਂ ਸਿੱਧਾ ਲਗਾਓ ਚਾਹੇ ਤੁਸੀਂ ਮੋਰਨੀ ਲਗਾਓ ਇਹ ਤੁਹਾਡੇ ਉੱਪਰ ਡਿਪੈਂਡ ਕਰਦਾ ਕਿਵੇਂ ਚਾਹੁੰਦੇ ਹੋ ਅਸੀਂ ਜਿਹੜੀ ਇਹ ਟੇਢੀ ਮੋਰਨੀ ਲਗਾਵਾਂਗੇ ਪੱਲੇ ਦੇ ਵਿੱਚ ਤੁਸੀਂ ਪੱਗ ਪੈਣ ਦੀ ਵਰਤੋਂ ਕਰਕੇ ਵੀ ਜਿਹੜੇ ਮੋਰਨੀ ਪੱਲਾ ਲਗਾ ਸਕਦੇ ਹੋ ਜਾਂ ਕਲਗੀ ਲੜਜੀ ਨੂੰ ਕਹਿੰਦੇ ਆ ਅਖੀਰਲਾ ਅਸੀਂ ਜੋ ਪੱਗ ਪੈਣ ਦੀ ਵਰਤੋਂ ਤੋਂ ਬਿਨਾਂ ਇਸ ਤਰੀਕੇ ਦੇ ਨਾਲ ਜਿੱਥੇ ਪਿੰਚ ਲਗਾਸੀ ਅਖੀਰਲਾ ਇਹ ਵਾਲੀ ਜਗ੍ਹਾ ਤੁੰਗਲ ਇਸ ਤਰੀਕੇ ਦੇ ਨਾਲ ਜੋ ਇਹ ਪੱਲਾ ਜੋ ਵਾਧੂ ਪੱਲਾ ਹੈ ਉਹ ਖੱਬੀ ਸਾਈਡ ਦੇ ਉੱਪਰਲੇ ਪਾਸੇ ਲਗਾ ਦੇਣਾ ਹੈ ਸੋ ਮੈਂ ਉਮੀਦ ਕਰਦਾ ਕਿ ਜਿਹੜੇ ਵੀਰਾਂ ਨੂੰ ਇਹ ਪ੍ਰੋਬਲਮ ਹੁੰਦੀ ਸੀ ਪਹਿਲਾਂ ਪਿੰਚ ਦੀ ਅੱਜ ਦੀ ਵੀਡੀਓ ਨੂੰ ਦੇਖਣ ਦੇ ਬਾਅਦ ਉਹਨਾਂ ਦੀ ਉਹ ਪ੍ਰੋਬਲਮ ਜਿਹੜੀ ਦੂਰ ਹੋ ਜਾਣੀ ਚਾਹੀਦੀ ਹੈ ਕਮੈਂਟ ਕਰਕੇ ਜਰੂਰ ਦੱਸਣਾ ਕਿ ਇਹ ਵੀਡੀਓ ਤੁਹਾਡੇ ਲਈ ਫਾਇਦੇਮੰਦ ਰਹੀ ਜਾਂ ਨਹੀਂ ਰਹੀ ਡੀਐਮ ਕਰ ਸਕਦੇ ਹੋ ਇੰਸਟਾਗ੍ਰਾਮ ਤੇ ਲਿੰਕ ਜੋ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਤੁਹਾਨੂੰ ਦਿੱਤਾ ਗਿਆ ਹੈ ਮੈਂ ਵੀਰਾਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਜਦੋਂ ਵੀ ਉਹ ਪੱਗ ਬੰਨਣ ਪੱਗ ਬੰਨਣ ਸਮੇਂ ਜਿਹੜੀ ਵੀਡੀਓ ਨੂੰ ਨਾਲ ਦੀ ਨਾਲ ਚਲਾ ਸਕਦੇ ਨੇ ਜਾ ਵੀਡੀਓ ਨੂੰ ਇੱਕ ਦੋ ਵਾਰੀ ਫਿਰ ਤੋਂ ਜੋ ਹੈ ਰਿਪੀਟ ਕਰਕੇ ਦੇਖ ਲੈਣ ਤਾਂ ਜੋ ਜਿਹੜੀਆਂ ਗੱਲਾਂ ਸਮਝਾਈਆਂ ਗਈਆਂ ਨੇ ਉਹ ਗੌਰ ਨਾਲ ਸਮਝ ਲੈਣ ਕਿ ਕਿਵੇਂ ਉਹ ਗੱਲਾਂ ਨੂੰ ਫੋਲੋ ਕਰਨਾ ਹੈ ਤਾਂ ਜੋ ਜਿਹੜੀ ਜਸਸ ਸੱਲ ਪਾਗ ਹੈ ਪੰਜ ਪੱਲਿਆਂ ਦੇ ਵਿੱਚ ਵੀ ਜਿਹੜੀ ਹੈ ਆਸਾਨੀ ਦੇ ਨਾਲ ਬੰਨ ਸਕੋ ਤੁਸੀਂ ਪਾਗ ਦਾ ਜਿਹੜਾ ਬੇਸ ਹੈ ਫੁੱਲ ਵੈਲ ਦੀ ਜਿਹੜੀ ਪਾਗ ਬੰਦੇ ਨੇ ਵੀਰ ਕੋਸ਼ਿਸ਼ ਕਰਨ ਕਿ 2 2 ਮੀਟਰ ਦਾ ਬੇਸ ਹੋਣਾ ਚਾਹੀਦਾ ਘੱਟੋ ਘੱਟ ਉਹਨਾਂ ਦਾ ਤੇ ਜਿਹੜੀ ਪਾਗ ਹੈ ਸੁੱਕੀ ਬਨੋ ਸੁੱਕੀ ਪਾਗ ਬਨੋਗੇ ਫਲਾਵਰ ਵੀ ਜ਼ਿਆਦਾ ਆਏਗੀ ਤੇ ਵੱਟ ਵੀ ਜ਼ਿਆਦਾ ਪੈਣਗੇ ਤੁਹਾਡੇ ਤੇ ਤੁਹਾਡੀ ਪਾਗ ਦੀ ਜਿਹੜੀ ਉਮਰ ਉਹ ਵੀ ਜ਼ਿਆਦਾ ਵਧੇਗੀ ਮੇਰਾ ਕਹਿਣ ਦਾ ਮਤਲਬ ਕਿ ਫਟੇਗੇ ਨਹੀਂ ਜਲਦੀ ਪੱਕ ਤੁਹਾਡੀ ਜਿਹੜੀ ਛਾਤ ਹੈ ਆ ਆਰਾਮ ਦੇ ਨਾਲ ਕਵਰ ਕਰਿਆ ਕਰੋ ਉਂਗਲਾਂ ਦੇ ਨਾਲ ਹੀ ਕਵਰ ਕਰੋ ਬਾਜ ਦੀ ਵਰਤੋਂ ਤੋਂ ਕੱਟ ਕਰੋ ਛਾਤ ਨੂੰ ਕਵਰ ਕਰਨ ਲੱਗਿਆਂ ਵੀ ਹੁਣ ਜਿਹੜੀਆਂ ਵੀ ਕਮੀਆਂ ਪੇਸ਼ੀਆਂ ਨੇ ਪੱਕ ਦੇ ਵਿੱਚ ਉਹ ਬਾਅਦ ਵਿੱਚ ਜਿਹੜੀਆਂ ਹੱਥ ਦੀ ਵਰਤੋਂ ਦੇ ਨਾਲ ਜਾਂ ਬਾਜ ਦੀ ਵਰਤੋਂ ਦੇ ਨਾਲ ਤੁਸੀਂ ਕੱਢ ਲੈਣੀਆਂ ਨੇ ਬਾਅਦ ਵਿੱਚ ਠੀਕ ਹੈ ਜੀ ਉਮੀਦ ਕਰਦਾ ਜਿਹੜੀ ਵੀਡੀਓ ਤੁਹਾਡੇ ਲਈ کارਗਰ ਹੋਏਗੀ ਇਸ ਤਰੀਕੇ ਦੇ ਨਾਲ ਜਿਹੜੀਆਂ ਵੀ ਕਮੀਆਂ ਪੇਸ਼ੀਆਂ ਤੁਹਾਨੂੰ ਦਿਖਾਈ ਦੇਣ ਬਾਅਦ ਵਿੱਚ ਹੱਥ ਦੀ ਵਰਤੋਂ ਨਾਲ ਕੱਢੀ ਜਾਓ ਬਾਜ ਦੀ ਵਰਤੋਂ ਨਾਲ ਜਿਹੜਾ ਤੁਸੀਂ 50 ਵੀ ਉੱਪਰ ਕਰ ਸਕਦੇ ਹੋ ਜਲਦੀ ਮਿਲਾਂਗੇ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਲਈ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ